ਮੈਂ ਨਹੀਂ ਚਾਹਦਾ ਵੀ ਮੇਰੇ ਬੱਚੇ ਜਾ ਕੇ ਕਿਸੇ ਦੇ ਦਿਹਾੜੀ ਕਰਨ ਜਾਂ ਕਿਸੇ ਦੇ ਹੋਰ ਕੰਮ ਕਰਨ ਕਰਨ ਚ ਪੋਚੇ ਲਾਣ ਮੈਂ ਇਹ ਗੱਲ ਨਹੀਂ ਕਰਾਨੀ ਚਾਹਨਾ ਆਪਣੇ ਬੱਚਿਆਂ ਕੋਲ ਨਹੀਂ ਰੁਕਦੇ ਪਾਪਾ ਜੀ ਘਰ ਬੈਠੋ ਤੁਹਾਡੀ ਹੁਣ ਘਰ ਬੈਠਣ ਦੀ ਉਮਰ ਹੈ ਆਰਾਮ ਕਰੋ ਗੁਰਬਾਣੀ ਸੁਣੋ ਜੀ ਮੇਰਾ ਨਾ ਮੇਰਾ ਸ਼ੌਂਕ ਆ ਨਾ ਮੇਰੀ ਮਜਬੂਰੀ ਆ ਇਹ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਮੇਰਾ ਧਰਮ ਜਿੰਦਗੀ ਦਾ ਜੋਗ ਆ ਗਿਆ ਨਿਆਣੇ ਅੱਜ ਕੱਲ ਸਾਰਾ ਦਿਨ ਸੀਟ ਤੇ ਬੈਠੇ ਰਹਿੰਦੇ ਉਹ ਤਾਂ ਮਿੰਟਾਂ 'ਚ ਖੇਤ ਬਾਕੇ ਆ ਜਾਂਦੇ ਆ ਤੇ ਉਹਨਾਂ ਦਾ ਰੀ ਉਹਦੇ ਨਾਲ ਫਿੱਟ ਨਹੀਂ ਰਹਿੰਦਾ ਬੈਠਣਾ ਮੇਰਾ 15 ਕਿਲੋਮੀਟਰ ਦਾ ਆਣ ਦਾ ਸਫਰ ਬੰਦਾ ਆਣ ਜਾਣ ਦਾ ਤੇ ਬਾਕੀ ਸ਼ਹਿਰ ਦੇ ਵਿੱਚ 25 30 ਕਿਲੋਮੀਟਰ ਦਾ ਸਫਰ ਘੁੰਮ ਕੇ ਪੈਦਲ ਬਣ ਜਾਂਦਾ ਜੀ ਕਮਾਨ ਆਇਆ ਉਹਨੂੰ ਪੈਸੇ ਦਾ ਹੌਸਲਾ ਹੋ ਜਾਂਦਾ ਉਹਦੇ ਵਿੱਚ ਠਕਾਵਟ ਦਾ ਕੋਈ ਕੋਈ ਚੀਜ਼ ਵੀ ਨਹੀਂ ਹੁੰਦੀ ਪੀਪੀ ਵਰਲਡ ਮੀਡੀਆ ਅਧਿਕਰਤਾ ਚਾਰ ਹਲਦੀ ਦਾ ਚਾਰ ਜਾਮਨ ਦਾ ਚਾਰ ਹੜੜ ਦਾ ਚਾਰ ਬਾਸ ਦਾ ਚਾਰ ਡੇਲਿਆਂ ਦਾ ਚਾਰ ਜੀਵੀ ਕਾਂ ਦਾ ਚਾਰ ਆਮ ਦਾ ਆਚਾਰ ਮੇਕਾ ਆਚਾਰ ਮਿਰਚਾਂ ਦਾ ਚਾਟ ਢੀਉ ਦਾ ਆਚਾਰ ਔਲੇ ਦਾ ਆਚਾਰ ਨਿੰਬੂ ਦਾ ਆਚਾਰ ਤਰੇਲੇ ਦਾ ਆਚਾਰ ਲਲ ਚੈਰੀ ਮੇਰੇ ਪਾਸੁੱਤੀ ਕੈਂਦੀ ਔਲਾ ਜੀ ਆਮ ਦੀ ਚਟਣੀ ਔਲੇ ਦੀ ਚਟਣੀ ਅਦਰਕ ਦੀ ਚਟਣੀ ਲਸਣ ਦੀ ਚਟਣੀ ਮਿਕਸ ਪ੍ਰੂਡ ਜੈਨ ਜੀ 4 ਲੋ ਜੀ 4 ਆਮ ਦਾ ਆਚਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਬੀ ਵਰਲਡ ਮੀਡੀਆ ਤੇ ਮੈਂ ਪ੍ਰਦੀਪ ਬੈਂਸ ਤੁਹਾਡੇ ਨਾਲ ਹਾਜ਼ਰ ਹਾਂ ਸਿਆਣੇ ਕਹਿੰਦੇ ਨੇ ਦਿਲ ਦੇ ਵਿੱਚ ਜਨੂਨ ਹੋਵੇ ਤਾਂ ਉਮਰਾਂ ਵੀ ਫਿੱਕੀਆਂ ਪੈ ਜਾਂਦੀਆਂ ਨੇ ਮੇਰੇ ਨਾਲ ਬੈਠੇ ਬਜ਼ੁਰਗ ਦੇਖ ਰਹੇ ਹਾਂ ਜਿਨ੍ਹਾਂ ਦੀ ਉਮਰ ਜਿਹੜੀ ਹੈ 80 ਪਲੱਸ ਹੈ ਤੇ ਅੱਜ ਵੀ ਖਾਸ ਤੌਰ ਤੇ ਉੱਤੇ ਕੰਮ ਕਰਦੇ ਨੇ ਸਾਈਕਲਿੰਗ ਕਰਦੇ ਨੇ ਸਾਈਕਲ ਉੱਤੇ ਆਚਾਰ ਵੇਚਦੇ ਨੇ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਚਿਰ ਤੋਂ ਆਚਾਰ ਵੇਚਦੇ ਨੇ ਔਰ ਇਹਨਾਂ ਦੀ ਜ਼ਿੰਦਗੀ ਦਾ ਸਫ਼ਰ ਕੀ ਹੈ ਤੇ ਅੱਜ ਦੇ ਨੌਜਵਾਨਾਂ ਨੂੰ ਵੀ ਜਿਹੜਾ ਇਹ ਮੈਸੇਜ ਇੱਕ ਜਾਏਗਾ ਕਿ ਜ਼ਿੰਦਗੀ ਵਿੱਚ ਕੰਮ ਕਰਨਾ ਕਿੰਨਾ ਜ਼ਰੂਰੀ ਹੈ ਸਿਹਤ ਫਿੱਟ ਰੱਖਣੀ ਕਿੰਨੀ ਜ਼ਰੂਰੀ ਹੈ ਔਰ ਜੋ ਚੀਜ਼ਾਂ ਸਾਨੂੰ ਵਿਰਸੇ ਚ ਮਿਲੀਆਂ ਹੋਈਆਂ ਨੇ ਉਹਨਾਂ ਨੂੰ ਸੰਭਾਲਣਾ ਕਿੰਨਾ ਜ਼ਰੂਰੀ ਹੈ ਬਾਪੂ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਚੈਨਲ ਦੇ ਉੱਤੇ ਧੰਨਵਾਦ ਜੀ ਤੁਹਾਡਾ ਬਾਪੂ ਜੀ ਕੀ ਨਾਂ ਆਪਣਾ ਆਪਣਾ ਕਿਹੜਾ ਏਰੀਆ ਹੈ ਤੇ ਕਿੰਨੇ ਚਿਰ ਤੋਂ ਤੁਸੀਂ ਇਹ ਕੰਮ ਕਰਦੇ ਹੋ ਪਿੰਡ ਪੋਸੀ ਜ਼ਿਲ੍ਹਾ ਹਿਸ਼ਾਰਪੁਰ ਤਹਿਸੀਲ ਗੜਸ਼ੰਕਰ ਤੇ ਮੈਂ ਚਾਰ ਦਾ ਕੰਮ ਕਰਦਾ ਕੋਈ 10 15 ਸਾਲ ਤੋਂ ਤੇ ਇਹ ਚਾਰ ਵੇਚਾਂ ਦਾ ਸ਼ੌਕ ਮੈਨੂੰ ਆਪਣੀ ਸਿਹਤ ਫਿੱਟ ਰੱਖਣ ਵਾਸਤੇ ਸਾਈਕਲ ਚਲਾਣਾ ਔਰ ਆਪਣੀ ਸਿਹਤ ਵਾਸਤੇ ਸਾਈਕਲ ਚੰਗਾ ਤੇ ਕੰਮ ਕਰਨਾ ਕੋਈ ਮਹਿਣਾ ਨਹੀਂ ਹੈਗਾ ਕੰਮ ਕਰਨਾ ਚਾਹੀਦਾ ਕੰਮ ਕਰਕੇ ਰੋਟੀ ਕਮਾ ਕੇ ਖਾਣੀ ਬਹੁਤ ਬਿਹਤਰ ਕੰਮ ਕਿਸੇ ਕੋਲੋਂ ਹੱਥ ਅੜ ਕੇ ਮੰਗਣਾ ਮਾੜੀ ਗੱਲ ਆ ਆਪਣਾ ਕੰਮ ਕਰੋ ਤੇ ਆਪਣੀ ਦਸਾਂ ਨੌ ਦੀ ਕਿਰਤ ਕਰਕੇ ਆਪਣੀ ਰੋਟੀ ਪਾਣੀ ਕਮਾਓ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਔਰ ਆਪਣੀ ਸਿਹਤ ਵਾਸਤੇ ਔਰ ਹੋਰ ਆਲੇ ਦੁਆਲੇ ਆਂਡ ਗਵਾਂਡ ਨੂੰ ਵੀ ਪਤਾ ਲੱਗਦਾ ਵੀ ਬੰਦਾ ਆਪਣਾ ਕੰਮ ਕਰਦਾ ਤੇ ਆਪਣੀ ਰੋਜੀ ਰੋਟੀ ਆਪਣੇ ਦਸਾਂ ਨੌਹਾਂ ਦੀ ਕਿਰਤ ਨਾਲ ਖਾਂਦਾ ਤੇ ਇਸ ਕਰਕੇ ਮੈਂ ਨੌਜਵਾਨਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦਾ ਆ ਬੇ ਆਪਣੇ ਜਿਹੜੇ ਮੁੰਡੇ ਵਿਹਲੇ ਮੋਟਰਸਾਈਕਲਾਂ ਤੇ ਜਾਂ ਹੋਰ ਐਦਾਂ ਟੋਲੀਆਂ ਬਣਾ ਕੇ ਬਾਜ਼ਾਰਾਂ ਜਾਂ ਪਿੰਡਾਂ 'ਚ ਟਾਣੀਆਂ ਬਣਾ ਕੇ ਬੈਠੇ ਰਹਿੰਦੇ ਆ ਉਹ ਕੋਈ ਐਦਾਂ ਬੈਠਣ ਆਪਣਾ ਕੰਮ ਕਰਨਾ ਜੋ ਵੀ ਕੰਮ ਹੈਗਾ ਜੋ ਵੀ ਕਿਸੇ ਨੂੰ ਚੰਗਾ ਲੱਗਦਾ ਉਹ ਕਰਨ ਤੇ ਆਪਣਾ ਸਾਧਨ ਰੋਟੀ ਦਾ ਕਰਨ ਆਪਣੇ ਮਾਪਿਆਂ ਦਾ ਰੋਸ਼ਨ ਕਰਨ ਔਰ ਆਪਣਾ ਨਾਂ ਰੋਸ਼ਨ ਕਰਨ ਜੀ ਅਚਾਰ ਪੰਜਾਬੀਆਂ ਦੀ ਫੇਵਰੇਟ ਡਿਸ਼ ਹੈ ਤੇ ਬਾਪੂ ਜੀ ਅੱਜ 21ਵੀਂ ਸਦੀ ਚੱਲ ਪਈ ਹੈ ਜਦੋਂ ਤੁਹਾਡੇ ਵੇਲੇ ਸੀ ਬਹੁਤ ਸਾਰੀਆਂ ਖਰਾਕਾਂ ਜਿਹੜੀਆਂ ਅਸੀਂ ਅੱਜ ਚੇਂਜ ਹੋ ਗਈਆਂ ਤੇ ਅੱਜ ਤਾਂ ਤੁਹਾਨੂੰ ਪਤਾ ਹੈ ਵੀ ਯੁੱਗ ਜਿਹੜਾ ਕਿ ਇੰਨਾ ਫਾਸਟ ਆ ਗਿਆ ਕਿ ਹਰ ਬੰਦਾ ਚਾਹੁੰਦਾ ਕਿ ਮੈਨੂੰ ਆਰਾਮ ਨਾਲ ਮੈਨੂੰ ਮਿਲ ਜਵੇ ਖਾਣ ਨੂੰ ਬਜਾ ਰੈਡੀਮੇਡ ਆਪਾਂ ਸਾਰਾ ਕੁਝ ਕਰ ਲਈਏ ਤੁਸੀਂ ਅਚਾਰ ਦੇ ਨਾਲ ਤੁਹਾਡਾ ਕਿੰਨੇ ਚਿਰ ਦਾ ਵਾਹ ਹੈ ਇਹ ਮੇਰਾ ਵਾਹ ਜੀ 10 ਜਾਂ 15 ਸਾਲ ਹੋ ਗਿਆ ਜੀ ਤੇ ਇਹ ਮੈਂ ਕਰਦਾ ਆ ਬੜਾ ਸੋਹਣਾ ਰੋਟੀ ਕਿੰਨਾ ਕੁ ਫਰਕ ਆ ਹੁਣ ਦੀਆਂ ਖਰਾਕਾਂ ਦਾ ਤੁਹਾਡੀਆਂ ਖਰਾਕਾਂ ਦਾ ਪਹਿਲੀਆਂ ਖਰਾਕਾਂ ਇਦਾਂ ਦੀਆਂ ਸਾਡੀਆਂ ਮਾਈਆਂ ਪਿੰਨੀਆਂ ਬਣਾ ਲੈਣੀਆਂ ਸਿਆਲ ਮਹੀਨੇ ਕਦੇ ਮੂੰਗੀ ਦੀਆਂ ਪਿੰਨੀਆਂ ਬਣਾ ਲੈਣੀਆਂ ਕਦੇ ਇਹ ਦੂਸਰੇ ਕੇਸ ਕਰ ਖਾਣੇ ਜਾਂ ਕਣਕ ਦੀ ਬਾਢੀ ਕਰਨੀ ਅਸੀਂ ਤੇ ਉਹ ਕੇਸ ਕਰ ਸ਼ਾਮ ਨੂੰ ਮਾਤਾ ਨੇ ਤੇ ਸਵੇਰ ਨੂੰ ਰੋਟੀ ਬਿਲੇ ਸਾਡੇ ਨਾਲ ਸਾਡੇ ਕੋਲ ਖੇਤਾਂ ਦੇ ਵਿੱਚ ਜਾ ਕੇ ਲੱਸੀ ਗੜਬੇ ਦੇ ਵਿੱਚ ਪਾਈ ਹੋਉਂਦੀ ਸੀ ਮਿੱਟੀ ਦੀ ਗੜਬਾ ਵੀ ਹੁੰਦਾ ਸੀਗਾ ਉਹਦੇ ਟਾਈਮ ਹੋਰ ਭਾਂਡੇ ਦਾ ਬਾਅਦ ਚੱਲੇ ਆ ਤੇ ਉਹਦੇ ਵਿੱਚ ਲੱਸੀ ਪਾਈ ਹੋਉਂਦੀ ਤੇ ਤੇ ਨਾਲ ਚਾਰ ਦੀ ਫਾੜੀ ਜ਼ਰੂਰ ਰੋਟੀਆਂ ਤੇ ਰੱਖੀ ਹੋਉਂਦੀ ਸੀ ਤੇ ਇਸ ਤਰ੍ਹਾਂ ਅੱਗੇ ਕੀਤੀ ਬਾੜੀ ਦਾ ਕੰਮ ਸੀਗਾ ਤਾਂ ਸਰੀਰ ਬਹੁਤ ਫਿੱਟ ਰਹਿੰਦਾ ਸੀ ਹਾਲਾਂ ਦੇ ਨਾਲ ਖੇਤੀ ਕਰਦੇ ਸੀ ਹੁਣ ਮਸ਼ੀਨਰੀ ਦਾ ਜੋਗ ਆ ਗਿਆ ਨਿਆਣੇ ਅੱਜ ਕੱਲ ਸਾਰਾ ਦਿਨ ਸੀਟ ਤੇ ਬੈਠੇ ਰਹਿੰਦੇ ਉਹ ਤਾਂ ਮਿੰਟਾਂ 'ਚ ਖੇਤ ਬਾਕੇ ਆ ਜਾਂਦੇ ਆ ਤੇ ਉਹਨਾਂ ਦਾ ਸਰੀਰ ਉਹਦੇ ਨਾਲ ਫਿੱਟ ਨਹੀਂ ਰਹਿੰਦਾ ਬੈਠਣ ਨਾਲ ਜੇ ਆਪ ਜਾ ਕੇ ਖੇਤਾਂ ਦੇ ਵਿੱਚ ਆਪਣੇ ਨੱਕੇ ਕਿਾਰੇ ਪਾ ਕੇ ਛੋਟੇ ਛੋਟੇ ਆ ਖੇਤ ਦੇ ਇੱਕ ਕਿੱਲੇ ਦੇ ਅੱਠ ਕਿਾਰੇ ਪਾਣ ਉਹਨਾਂ ਦੇ ਖੇਤ ਦੇ ਨੱਕੇ ਆਪ ਮੋੜਨਾ ਤੇ ਆਪਣੀ ਸਰੀਰ ਵੀ ਫੇਟੜਾ ਹੋ ਦਿਖਾਲਾਂ ਤੇ 2-4 ਘੰਟੇ ਖੇਤਾਂ 'ਚ ਰਹਿਣ ਤੇ ਬਾਕੀ ਆ ਕੇ ਘਰ ਦਾ ਹੋਰ ਪਸ਼ੂ ਪਾ ਦਾ ਕੰਮ ਕਰਨ। ਬਾਪੂ ਜੀ ਕਿੰਨੇ ਕਿਲੋਮੀਟਰ ਸਾਈਕਲ ਚਲਾ ਲੈਂਦੇ ਹੋ ਰੋਜ਼? ਮੇਰਾ 15 ਕਿਲੋਮੀਟਰ ਤਾਂ ਆਣ ਦਾ ਸਫਰ ਬੰਦਾ ਆਣ ਜਾਣ ਦਾ ਤੇ ਬਾਕੀ ਸ਼ਹਿਰ ਦੇ ਵਿੱਚ 25-30 ਕਿਲੋਮੀਟਰ ਦਾ ਸਫਰ ਘੁੰਮ ਕੇ ਪੈਦਲ ਬਣ ਜਾਂਦਾ ਜੀ। ਕਾਪੜ ਨਹੀਂ ਹੁੰਦੀ। ਕੋਈ ਠਕਾਵਟ ਨਹੀਂ ਆਪਣੇ ਜਿਹੜੇ ਰੋਜੀ ਰੋਟੀ ਵਾਸਤੇ ਬੰਦਾ ਆਇਆ ਦਾ ਉਹਨੂੰ ਪਤਾ ਹੈ ਮੈਂ ਪੈਸਾ ਕਮਾਣ ਆਇਆ ਉਹਨੂੰ ਪੈਸੇ ਦਾ ਹੌਸਲਾ ਹੋ ਜਾਂਦਾ ਉਹਦੇ ਵਿੱਚ ਠਕਾਵਟ ਦਾ ਕੋਈ ਕੋਈ ਚੀਜ਼ ਵੀ ਨਹੀਂ ਹੁੰਦੀ ਅੱਛਾ ਕਈ ਵਾਰੀ ਕੀ ਹੁੰਦਾ ਕਿ ਜਿਹਦੇ ਤੁਸੀਂ ਦੱਸਿਆ ਵੇ ਜੁਗ ਬਤਲ ਗਿਆ ਕਈ ਵਾਰ ਜਿਹੜਾ ਸਮਾਨ ਨਹੀਂ ਪੂਰਾ ਵਿਗ ਪਉਂਦਾ ਕਈ ਕਈ ਵਾਰ ਨਿਰਾਸ਼ਾ ਵੀ ਦੇਖਣੀ ਪੈਂਦੀ ਹੈ ਤੇ ਉਸ ਲਈ ਫਿਰ ਮਨ ਕਿਵੇਂ ਦੇਖਦਾ ਹੈ ਦੇਖੋ ਜੀ ਨਿਰਾਸ਼ਾ ਤਾਂ ਦੇਖਣੀ ਪੈਂਦੀ ਹੈ ਹਰੇਕ ਕੰਮ ਵਿੱਚ ਵੀ ਜਿਹੜੇ ਆਪਣੇ ਬਾਈ ਗੁਰੂ ਸੱਚੇ ਪਾਤਸ਼ਾਹ ਬਾਬੇ ਨਾਨਕ ਮੋਹਰੇ ਅਰਦਾਸ ਕਰਕੇ ਤੁਰਿਏ ਆਪਾਂ ਕਿਸੇ ਵੇਲੇ ਨਿਰਾਸ਼ਾ ਵੀ ਜਿਹੜੇ ਆਂਦੀ ਆ ਨਾ ਉਸਲੇ ਮੋਹਰੇ ਬਾਬੇ ਨਾਨਕ ਦੀ ਮੈਨੂੰ ਉਹਨਾਂ ਦੀ ਤਸਵੀਰ ਦਿਖ ਪੈਂਦੀ ਆ ਉਸੇ ਵੇਲੇ ਮੇਰਾ ਮਨ ਖੁਸ਼ੀ ਹੋ ਜਾਂਦਾ ਖੜ ਜਾਂਦਾ ਤੇ ਉਸੇ ਵੇਲੇ ਮੈਨੂੰ ਕੰਮ ਮੇਰਾ ਬਾਬੇ ਨਾਨਕ ਦੀ ਕਿਰਪਾ ਨਾਲ ਐਨ ਆਪਣੀ ਰੋਜੀ ਰੋਟੀ ਮੈਨੂੰ ਮਿਲ ਜਾਂਦੀ ਆ ਕੋਈ ਉਸਲੇ ਕੋਈ ਬੇਤਕਦਾ ਨਹੀਂ ਰਹਿੰਦਾ ਕੋਈ ਮੈਨੂੰ ਨਿਰਾਸ਼ਾ ਨਹੀਂ ਰਹਿੰਦੀ ਮੈਨੂੰ ਸੇਲ ਮੇਰੀ ਵਧੀਆ ਹੋ ਜਾਂਦੀ ਨਿਆਣੇ ਨਹੀਂ ਰੋਕਦੇ ਵੀ ਪਾਪਾ ਜੀ ਘਰ ਬੈਠੋ ਤੁਹਾਡੀ ਹੁਣ ਘਰ ਬੈਠਣ ਦੀ ਉਮਰ ਐ ਆਰਾਮ ਕਰੋ ਗੁਰਬਾਣੀ ਸੁਣੋ ਆਪਣਾ ਜੀਵਨ ਇੱਥੇ ਬਤੀਤ ਕਰੋ ਪਰ ਤੁਸੀਂ ਸਾਈਕਲ ਚੱਕ ਕੇ ਆਚਾਰ ਜਿਹੜਾ ਵੇਚਦੇ ਹੋ ਗਲੀਆਂ ਦੇ ਵਿੱਚ ਨਿਆਣੇ ਨਹੀਂ ਇਤਰਾਜ਼ ਕਰਦੇ ਇਹ ਜੀ ਮੇਰਾ ਨਾਮ ਮੇਰਾ ਸ਼ੌਂਕ ਆ ਨਾ ਮੇਰੀ ਮਜਬੂਰੀ ਆ ਇਹ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਾਸਤੇ ਮੇਰਾ ਧਰਮ ਵੀ ਜੇ ਮੇਰੇ ਬੱਚੇ ਆ ਮੈਂ ਉਹਨਾਂ ਦਾ ਆਪਣੇ ਪ੍ਰਤੀ ਉਹਨਾਂ ਦਾ ਪਾਲਣ ਪੋਸ਼ਣ ਵਾਸਤੇ ਉਹਨਾਂ ਨੂੰ ਰੋਜੀ ਰੋਟੀ ਔਰ ਉਹਨਾਂ ਨੂੰ ਗਾਂਹ ਸੈੱਟ ਕਰਨ ਵਾਸਤੇ ਆਪਨਾ ਮਿਹਨਤ ਕਰਾਂ ਤੇ ਉਹਨਾਂ ਦੇ ਪਾਲਣ ਪੋਸ਼ਣ ਦੀ ਸੇਵਾ ਕਰ ਸਕਾਂ ਬੱਚਿਆਂ ਦਾ ਕੀ ਕਹਿਣਾ ਤੁਹਾਨੂੰ ਦੇਖੋ ਜੀ ਮੇਰੇ ਗੁੱਡੀਆ ਤਿੰਨ ਮਹਾਰਾਜ ਇਸ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਜ਼ਰੂਰੀ ਆ ਮੈਂ ਨਹੀਂ ਚਾਹਦਾ ਵੀ ਮੇਰੇ ਬੱਚੇ ਜਾ ਕੇ ਕਿਸੇ ਦੇ ਦਿਹਾੜੀ ਕਰਨ ਜਾਂ ਕਿਸੇ ਦੇ ਹੋਰ ਕੰਮ ਕਰਨ ਘਰਾਂ ਚ ਪੋਚੇ ਲਾਣ ਮੈਂ ਇਹ ਗੱਲ ਨਹੀਂ ਕਰਾਨੀ ਚਾਹਾਂ ਆਪਣੇ ਬੱਚਿਆਂ ਕੋਲ ਆਪਣੀਆਂ ਧੀਆਂ ਨੂੰ ਪੁੱਤਾਂ ਤੇ ਵੀ ਵਾਧ ਰੱਖਦਾ ਇੱਕ ਬੱਚੀ ਨੂੰ पीएससी ਮੈਡੀਕਲ ਦਾ ਕੋਰਸ 3 ਸਾਲ ਦਾ ਕਰਾਤਾ ਤੇ ਹੋਰ ਬਾਕੀ ਬਾਬੇ ਨਾਨਕ ਦੀ ਜੋ ਵੀ ਕਿਰਪਾ ਹੋਈ ਉਹਨਾਂ ਦੇ ਮੈਨੂੰ ਹੁਕਮ ਲੱਗੇ ਮੈਂ ਉਹ ਕਰਨੇ ਤਿਆਰ ਹਾਂ ਉਹਨਾਂ ਵਾਸਤੇ ਬੱਚਿਆਂ ਵਾਸਤੇ ਸੋ ਆਪਣੇ ਬੱਚਿਆਂ ਲਈ ਆਪਣੇ ਬੱਚਿਆਂ ਦੇ ਢਿੱਡ ਭਰਨ ਲਈ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਲਈ ਬਾਬਾ ਜੀ ਮਿਹਨਤ ਕਰਦੇ ਨੇ ਸੋ ਤੁਸੀਂ ਵੀ ਇਹਨਾਂ ਦੀ ਮਿਹਨਤ ਨੂੰ ਸਲੂਟ ਕਰਨਾ ਹੈ رائے ਦੇਣੀ ਹੈ ਕਿ ਬਾਬਾ ਜੀ ਦੇ ਨਾਲ ਬਾਬੇ ਨਾਨਕ ਦਾ ਜੋ ਸ਼੍ਰੀਸ਼ੀਰਵਾਦ ਬਣਿਆ ਹੋਇਆ ਉਹ ਐਵੇਂ ਹੀ ਵੱਡੇ ਰਹੇ ਸੋ ਕੰਮ ਕਰੋ ਕਸਰਤ ਕਰੋ ਆਪਣੇ ਆਪ ਨੂੰ ਫਿੱਟ ਰੱਖੋ ਕਾਂਕੀ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਲ ਆਵੇ ਤੁਸੀਂ ਉਸ ਦਾ ਸਾਹਮਣਾ ਜਿਹੜਾ ਉਹ ਚਟਾਨ ਵਾਂਗ ਕਰ ਸਕੋ ਸੋ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇ ਇਨਬਾਕਸ ਕਮੈਂਟ ਤੇ ਜਰੂਰ ਦੱਸਣਾ ਪੀਪੀ ਵਰਡ ਮੀਡੀਆ ਤੋਂ ਪ੍ਰਦੀਪ ਬੈਂਸ ਕੈਮਰਾ ਪਰਸਨ ਗੁਰਪਾਲ ਸਿੰਘ ਦੇ ਨਾਲ